ਹੋਸਟਲ ਚੜ੍ਹ ਪਈ ਹੋਏਗੀ, ਲੋ ਹੋਏਗੀ, ਬਸ ਨਜ਼ਰ ਚੜ੍ਹ ਪਏ ਹੋਏ ਨਿੱਕੇ ਨਿੱਕੇ। 5:30 ਦਾ ਟਾਈਮ ਹੋ ਗਿਆ। ਹਾਂ ਜੀ, ਨਾਸ਼ਤਾ ਹੋ ਗਿਆ ਤਿਆਰ, ਦੁਬਾਰਾ ਬਾਅਦ ਮਾਵਾਂ ਗੱਪਾਂ ਮਾਰਦੇ ਪਏ, ਬੜੇ ਜ਼ੋਰ ਲੈ ਲੈਂਦਾ। 4 ਅੰਡੇ, ਪਰਾਠਾ ਅਤੇ ਨਾਲ ਚਾਏ ਅਤੇ ਨਾਸ਼ਤਾ ਕਰਨੇ ਤਾਂ ਅੱਛਾ ਕਰਨਾ ਸ਼ੁਰੂ ਹੋਣ ਲਗਾ ਨੇ। ਟਾਈਮ ਹੈਗਾ 9:15 ਆਉਣਾ ਹੈ। ਅੱਜ ਸੰਡੇ ਤਾਰੀਖ ਹੈ, ਅੱਜ 23 ਯਾਨੀ 23 ਤਾਰੀਖ ਹੈ, ਇਤਵਾਰ। ਟੈਂਪਰੇਚਰ ਅੱਜ ਫਿਰ ਅਗੇਨ ਜਾਸੀ 37। ਬੁਲਬੁਲ ਆਈ ਵਿੱਚ ਇਹਨਾਂ ਨੂੰ ਬੱਚਾ ਮੈਂ ਲਾਉਣਾ ਜਿਹੜਾ ਉੱਥੇ ਕੋਠੇ ਪਰ ਰੱਖਿਆ ਸੀ, ਨੱਚਿਆ ਹੀ ਖਿੜਿਆ ਪੂਰਾ, ਪਤਾ ਨਹੀਂ ਕੁਦਰ ਖੜਿਆ ਨੇ, ਕੋਈ ਲੱਭਾ ਨਹੀਂ। ਬਾਕੀ ਮੈਂ ਗਿਆ ਤੱਕਣੇ ਉਸ ਕੋਈ ਦੱਸਿਆ ਪੂਰਾ। ਇਹਨਾਂ ਨੂੰ ਆਹ ਲੜਾ ਹੈ, ਇਹ ਚਿੜੀਆਂ ਆਹ ਲੜਾ ਬਣਾਉਣੀਆਂ ਵੀ ਹੈ ਨਵਾਂ। ਇੱਥੇ ਵਿੱਚ ਚਿੜੀਆਂ ਪਰਸਨ ਨੇ, ਚਿੜੀਆਂ ਜਾਂ ਸਟਿਲ ਅੰਡੇ ਬੱਚੇ ਕੱਢਣੀਆਂ ਪਈਆਂ, ਪਹਿਲਾਂ ਪੂਰ ਗਈਆਂ, ਹੁਣ ਦੂਆ ਟਰਾਈ ਕਰਨੀਆਂ ਪਈਆਂ। ਪਹਿਲੀਆਂ ਲੜਾ ਉੱਧਰ ਬਣਾਉਣੀਆਂ ਸਨ, ਉਹ ਗਿਜਰਾਂ ਨੇ ਪੁੱਛਿਆ, ਉੱਥੇ ਖੱਲਾਂ ਨਹੀਂ ਨੇ, ਕਹੀ ਪੈਣਾ ਨੇ। ਖੈਰੀ ਆਣ ਅਤੇ ਉੱਡਰੀ ਬਹਿਣੀਆਂ ਪਈਆਂ ਇੱਥੇ, ਅਤੇ ਇੱਧਰ ਬੁਲਬੁਲਾਂ ਨਾਲ ਇਸ ਪਾਸਾ ਜਿਹੜਾ ਨਾ ਚਿੜੀਆਂ ਨਾਲ ਲੜਾਈ ਗਿਆ। ਦੋਨੇ ਘਰ ਆਈ ਗਏ, ਸ਼ੁਕਰ ਹੈ ਸਾਡੇ ਘਰ ਚਿੜੀਆਂ ਬਖੇਰ ਹੋਈ ਅੱਛੀਆਂ ਹੋਣ। ਇੱਕ ਦਰਖਤ ਆਇਆ ਤਾਂ ਅੱਛੇ, ਨਹੀਂ ਤਾਂ ਇੱਥੇ ਚਿੜੀਆਂ ਤਾਂ ਇਹ ਚੀਜ਼ਾਂ ਪਰਿੰਦੇ ਹੁਣ ਅੱਛੇ ਕੋਈ ਦਿਸਣੇ ਕੋਈ ਨਜ਼ਰ ਨਹੀਂ ਬਾਹਰ ਨਾ ਵਿਊ ਅੱਜ ਨਾ। ਟੈਂਪਰੇਚਰ ਹੁਣ 32 ਪਰ ਗਿਆ ਵਾ, 33 ਪਰ, 37 ਦਿਹਾੜੀ ਅਸੀਂ। ਗਰਮੀ ਹੋਈ ਵੀ ਹੋਣੀ, ਇੰਗਲੈਂਡ 32 ਵੈ ਤੋਂ ਵੀ ਨਹੀਂ ਚੱਲ ਆਉਣਾ, ਪਰ ਇੱਥੇ ਖਾਸ ਪਤਾ ਨਹੀਂ ਲੱਗਣਾ। 37 ਤੱਕ ਨੋਰਮਲ ਹੀ ਆ ਸਮਝੀ ਦੇਣਾ। ਇਹ ਕੁੱਕੜ 2 ਵਾਰੀ ਮਰ ਛੋੜੀ ਨੇ ਥੱਲਿਓਂ ਨਿਕਲਿਆ, ਅਸੀਂ ਦਿਲ ਕਿੱਥੇ ਅਸੀਂ ਬਚੀ ਜਾਣਾ ਰਿਹਾ। ਲੱਕੜੀ ਚਾਹੀਦੀ ਸੀਗੀ ਔਰ ਤਿਆਰ ਹੈ ਨਹੀਂ, ਇਹ ਅਸਲ ਤਿਆਰ ਹੈ ਥਿਆ। ਇਹਨਾਂ ਲੱਕੜੀ 'ਚ ਲੱਭੀ ਗਈ ਟੋਟਾ, ਇਹ ਤੁਸੀਂ ਦੱਸਣਾ ਮੈਂ ਇਸ ਨਾਲ ਕਿਆ ਬਣਾਉਣਾ ਕਿਆ ਕਰਨਾ। ਠੀਕ ਹੈ, ਤੁਹਾਡੀ ਹੈ ਦੇਸੀ ਥਿਆਰ, ਥੋੜ੍ਹੀ ਲੱਭੀ ਗਈ, ਕਲਵੱਤਰੀ ਵੀ ਲੱਭੀ ਗਈ, ਕੁਹਾੜੀ ਨਾਲ ਬਾਕੀਆਂ ਕੰਮ ਕਰਸਾਂ। ਅਸੀਂ ਪਹਿਲਾਂ ਕੱਪੜਿਆਂ ਅਤੇ ਅਸੀਂ ਬਣਾਸਾਂ ਗੁੱਜਾਂ, ਗੁੱਜਾਂ ਜਾਂ ਨਹੀਂ ਕਿਲੀਆਂ ਜਿਹੀਆਂ ਬਣਾਸਾਂ, ਤਾਂ ਇਹ ਠੋਕਸਾਂ ਤਾਂ ਉਸਨੇ ਉੱਪਰ ਲਾਉਣੇ ਪੇਚ, ਪੇਚ ਨਹੀਂ ਬਲਕਿ ਬੁਲਟ ਲਾਉਣੇ। ਇਹ ਤੱਕ ਸੇ ਦੱਸਣਾ ਲਾਉਣਾ ਪਸੰਦ ਹੈ। ਜਿੱਥੇ ਮੈਂ ਲਾਉਣੇ ਓਰੀਜਨਲ, ਇੱਧਰ ਅੱਗੇ ਪਹਿਲੇ ਟਰਾਈ ਕੀਤੀ ਯਾਨੀ ਕਿ ਲੱਕੜੀ ਬਣਾਉਣੀ, ਕਹਿੰਦੇ ਨੇ ਲੱਕੜੀ ਬਣਾਉਣ ਲੱਗੇ ਤਾਂ ਉੱਪਰ ਲਾਸਾਂ ਇਹ ਨੱਟ, ਇਹ ਪੇਚ ਲੱਗ ਸਕਦਾ, ਇੱਕ ਸਾਈਡ ਸਿੰਕ ਹੈ ਫਸੀ, ਕੁੱਕ ਸਿਸਟਮ ਆ ਇੱਥੇ, ਪਸੰਦ ਨਹੀਂ ਲੱਗਣੀ ਬਾਰਾ। ਚਲੋ ਕਿਲੀਆਂ ਜਾਂ ਬੜੀਆਂ ਮੈਂ ਨਿੱਕੀ ਨਿੱਕੀਆਂ ਕਰਾਂ ਤਾਂ ਫਿਰ ਲਾਉਣਾ।
ਹੋਏਗਾ ਫਿੱਟ। ਹੁਣ ਥੱਲਿਓਂ ਕਰਨੇ ਆ ਸਟਾਇਟ ਨੰਬਰ 6 ਦੇ ਸੀਨ ਦੇ। ਕਰੀਏ ਆ ਤਿਆਰ। ਹੁਣ ਕੰਤ ਚਾਹੀਦਾ ਇੱਥੋਂ ਚੀਜ਼ਾਂ ਜਿਹੜੀਆਂ ਜਿਹੜੀਆਂ ਕੱਢੀਆਂ ਸਾਰੇ ਸੰਭਾਲੀ ਸਕੋ। ਫਿਰ ਕਰੋ ਥੋੜ੍ਹੀ ਸਫਾਈ ਜਿਹੜੇ ਬਾਰੀ ਹੁੰਦੀ ਸੀ ਸੇਫ ਪੰਖਾ ਵੀ ਬਦਲਣਾ ਫਿੱਟ ਕਰੀ ਧੋਣਾ ਸਹੀ ਧੋਇਆ। ਹਾਂ ਜੀ ਵੀਰ ਬੇੜਾ ਧੋਈ ਸਕਿਆ ਤਾਂ ਫਿਰ ਨਾਲੋ ਨਾਲ ਸੁੱਕੀ ਗਿਆ ਕਿਸੇ ਤਰ੍ਹਾਂ ਸਟੋਲ ਪੁੱਛਣੀਆਂ ਚ ਸੁੱਕੀ ਗਿਆ। ਮੋਟਰਸਾਈਕਲ ਵੀ ਧੋਈ ਸਕਿਆ। ਵਾਹ ਜੀ ਵਾਹ ਸਾਈਕਲ ਵੀ ਸਾਫ਼ ਸੁਥਰਾ ਕਰੀ ਕਹਿੰਦਾ ਮੁਸ਼ਕਿਲ ਆਪਣੀ ਹਾਲਤ ਕਰਕੇ ਕਹਿ ਸਕਦੇ ਹਾਂ। ਇਹ ਮੈਂ ਪਾਣੀ ਇਹਨਾਂ ਨਾਲ ਸਿੱਝਾ ਵਾ ਬਸੀਨਾ ਆਇਆ ਆਦਮੀ ਕੋਈ ਕਿਤਨੀ ਗਰਮੀ ਹੈ ਅਤੇ ਪੜਾ ਸਾ ਸਹੀ ਧੁੱਪ ਤੱਕ ਕੁੱਕ ਸਾ ਚੜੀ ਮਸਲਾ। ਵੀਵਰਸ ਆ ਤਾਂ ਕਹਿ ਸਕਦੇ ਹਾਂ ਮਾੜਾ ਜ਼ਖਮ ਸ਼ੁਕਰ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਬਿਲਕੁਲ ਠੀਕ ਹੋ ਗਿਆ। ਇੱਧਰੋਂ ਇਹ ਸਾਰਾ ਠੀਕ ਹੋ ਗਿਆ ਜਿਹੜਾ ਜ਼ਖਮ ਸੀ ਇਹ ਬਿੱਟ ਰਹਿ ਗਿਆ ਥੋੜ੍ਹਾ ਜਿਹਾ ਇੱਥੋਂ ਕੋਈ ਥੋੜ੍ਹਾ ਜਿਹਾ ਡੂੰਘਾ ਸੀ ਅਤੇ ਇਹ ਜਾ ਇੱਕ ਖਰੀਂਡਾ ਰਹਿ ਗਿਆ। ਵੈਸੇ ਮੈਂ ਕੋਲ ਕੈਮਰਾ ਰੱਖਿਆ ਸੀ ਤਾਂ ਕਿਸੇ ਕਿਨੇ ਇਹਦਾ ਸ਼ੁਕਰ ਅਲਹਮਦੁਲਿਲਾ ਸਾਰਾ ਹੁਣ ਠੀਕ ਹੋਣਾ ਜਾਣਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵੀਵਰਸ ਕੇ ਹਾਲਤ ਸਨਾ ਠੀਕ ਠਾਕ ਹੋ ਉਮੀਦ ਕਰਨਾ ਕਿ ਠੀਕ ਠਾਕ ਹੋ ਸੋ ਅੱਲਾਹ ਪਾਕ ਨੇ ਸੋ ਈਮਾਨ ਚੋ ਸੋ ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ ਖੈਰੀ ਮੇਰੀ ਹਾਂ। ਅੱਜ ਘਰੇ ਹੀ ਰਿਹਾ ਦਿਹਾੜੀ ਪੂਰੀ ਨਾ ਯਾਨੀ ਕਿ ਘਰਾਂ ਨੇ ਕੰਮ ਸੇ ਕਾਫੀ ਸਾਰੇ ਨਿੱਕੇ ਨਿੱਕੇ ਉਹ ਮੁਕਾਏ ਹੁਣ ਤੱਕ ਤਿਆਰ ਹੋਇਆ ਨਮਾਜ਼ ਸ਼ਾਜ਼ ਪੜ੍ਹੀ ਤਾਂ ਜ਼ਖਮੇ ਕੀ ਦਵਾਈ ਸ਼ਾਈ ਲਾਈ ਰਿਹਾ ਤਾਂ ਹੁਣ ਚੁੱਲ੍ਹੇ ਹਾਂ ਬਾਜ਼ਾਰ ਤਾਂ ਅੱਗੇ ਬਾਜ਼ਾਰ ਦੀ ਫਿਲਮ ਜਿਹੜੀ ਕੋਈ ਹੋਈ ਉਹ ਬਣਾਸਾਂ ਤਾਂ ਜਨਾਬ ਬਾਜ਼ਾਰ ਚੁੱਲ੍ਹੇ ਤੋਂ ਪਹਿਲੇ ਮੈਂ ਸਾਰੇ ਕੀ ਆਖ ਸਾਂ ਪਲੀਜ਼ ਮਾੜਾ ਚੈਨਲ ਸਬਸਕ੍ਰਾਈਬ ਕਰੋ ਤਾਂ ਅਗਰ ਮਾੜੀ ਫਿਲਮ ਚੰਗੀ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਵੀ ਕਰਿਆ ਕਰੋ। ਜਨਾਬ ਹੁਣ ਟਾਈਮ ਹੋ ਗਿਆ 1:15, ਅੱਜ ਦਿਹਾੜਾ ਆ ਸੰਡੇ ਅਤੇ ਤਾਰੀਖ ਹੈ ਅੱਜ 23 ਯਾਨੀ 23rd। ਤਾਂ ਜਨਾਬ ਅੱਜ ਟੈਂਪਰੇਚਰ ਹੁਣ ਇਸ ਵੇਲੇ 36 ਹੈ ਤਾਂ ਥੋੜ੍ਹੀ ਦੇਰੀ ਬਾਅਦ 37 ਪਰ ਜਾ ਸੀ ਜ਼ਿਆਦਾ ਨਹੀਂ ਹੋਣਾ। ਬਹਰਹਾਲ ਪੜਾਸ ਜਾ ਬਾਹਰ ਗਰਮੀ ਹੈ ਕਿਉਂਕਿ ਗਰਮੀਆਂ ਨੇ ਦੈੜੇ ਅੱਛਾ ਜਿਲ੍ਹਾ ਹੁਣ ਬਾਹਰ ਬਾਜ਼ਾਰ ਬਾਕੀ ਨਹੀਂ ਫਿਲਮ ਸਕੀ ਮੈਂ ਬਾਜ਼ਾਰਾਂ ਨਹੀਂ ਦੱਸਣਾ ਆ ਜਿੱਧਰ ਜਿੱਧਰ ਗਿਆਨ ਸੁਣਾ ਇਨਸ਼ਾਅੱਲਾ ਸ਼ੇਅਰ ਕਰਸਾਂ। ਅੱਛਾ ਜਿਲ੍ਹਾ ਪਹਿਲੇ ਬਾਜ਼ਾਰ ਟਾਈਮ 1:15 ਮੈਂ ਨਿਕਲਿਆ ਲਿਆ ਪਰ 1:15 ਹੋਏ ਪਰ 17-18 ਮਿੰਟ ਹੋ ਗਏ ਬਾਹਰ ਤੱਕ ਹੀ ਸਕਦੇ ਹੋ ਸਹੀ ਤੋਂ ਇਹ ਐਦ ਆ ਗਿਆ ਉੱਪਰ ਬੜੀਆਂ ਦਿਹਾੜੀਆਂ ਤੋਂ ਬਾਅਦ ਮਾਸ਼ਾਅੱਲਾ ਸਾਫ਼ ਸੁਥਰਾ ਨਿਕਲ ਗਿਆ ਗੇਟ ਖੋਲ ਲਿਆ ਬਾਹਰ ਨਾਲ ਵਿਊ ਹੈ ਅਲਹਮਦੁਲਿਲਾ ਹਵਾ ਝੁੱਲਣੀ ਗਈ ਹਵਾ ਉਸ ਤਰੀਕੇ ਨੇ ਤੱਤੀ ਨਹੀਂ ਰਹੀ ਜਿਸਾ ਪਹਿਲਾਂ 44-45 ਪਰ ਟੈਂਪਰੇਚਰ ਗਿਆ ਸੀ ਅਤੇ ਉਸਦਾ ਪਤਾ ਲਾਉਣਾ ਸੀ ਮੂੰਹ ਹੀ ਸੜੀ ਹੈ ਜਿਵੇਂ ਤੱਤੀ ਹਵਾ ਲੱਗਣੀ ਹੋਈ ਸੀ ਅੱਜ ਤੱਤੀ ਲੱਗਣੀ ਪਰ ਉਹ ਅਜੇ ਨਹੀਂ ਰਹੀ ਇਹ ਡੰਗਰ ਸਾਰੇ ਛਾਵੇਂ ਬੈਠੇ ਹੋਏ ਪਰ ਹਵਾ ਤਲ ਕੇ ਚੱਕਰ ਚੱਕਾ ਗਿਆ ਉਹ ਬਲੂਣਾ ਵੀ ਨਿਕਲ ਗਿਆ ਬਲੂਣਾ ਜਿਸ ਕੀ ਹਵਾ ਫਿਰ ਨਹੀਂ ਰਹਿ ਗੰਸ਼ਨ ਸਾਰਾ ਕੁਛ ਮੇਲੀ ਕਰਨੀ ਚਾੜ ਹੈ ਨਾ ਪਤਲੇ ਪਤਲੇ ਇਕੱਠੇ ਨਹੀਂ ਹੋਏ ਚਲੋ ਅੱਲਾ ਕਰ ਸ਼ਾਮੀ ਤੱਕ ਮਤਾ ਕੋਈ ਹੋਇਆ ਹੈ ਪਰ ਕੋਈ ਪਾਣੀ ਕੋਈ ਦੱਸਣਾ ਪਾਣੀ ਮੌਸਮ ਵਾਲੇ ਹੈ ਸਾਰੇ ਬਾਬਾ ਬਰਕਤ ਮਦੀਨਾ ਮਸਜਿਦ ਵਾਲੇ ਉਹਨਾਂ ਨੇ ਗਾਂ ਦਾ ਫਿਰ ਆ ਗਈ ਅੱਜ ਬਾਹਰ ਨੇ ਸਿਰਫ ਕਿੱਧਰ ਆਉਣੀ ਤਾਂ ਮੈਂ ਪਛਾਣਾ ਕੋਲ ਸਾਰੀ ਬਾਹਰ ਨੇ ਉਸੇ ਡੱਬਾ ਲਈ ਗਾਂ ਜਿਹੜੀ ਆ ਉਹ ਮਾੜੀ ਹੈ ਗੱਲਾਂ 'ਚ ਰੱਸੀ ਪਈ ਵੀ ਸੀ ਆ। ਹਾਂਜੀ ਵੀ ਵਾਰ ਮੈਂ ਪੁੱਛੇ ਹਾਂ ਬਾਜ਼ਾਰ ਇਹ ਜਵਾਨ ਬਾਜ਼ਾਰ ਫੇਰੀ ਤਾਂ ਮੁੜੀ 'ਚ ਲਿਆ ਘਾਹ ਸ਼ੋਇਬ ਦੀ ਦੁਕਾਨ ਅੱਜ ਬੰਦ ਹੈ ਸ਼ੋਇਬ ਦੀ ਦੁਕਾਨ ਵੀ ਬੰਦ ਹੈ। ਬਿਸਮਿਲ੍ਲਾ ਕੀ ਹਾਲ ਹੈ ਠੀਕ ਹੋਣਾ ਇਹ ਜਵਾਨ ਫੇਰੀ ਤੁਸੀਂ ਤਾਂ ਮੁੜੀ ਆਏ ਕਿਉਂਕਿ ਹੁਣ ਇਹਨਾਂ ਨਾਲ ਰੋਟੀ ਛੋਟੀ ਦਾ ਟਾਈਮ ਡਿਨਰ ਟਾਈਮ ਲੰਚ ਟਾਈਮ ਤੁਸੀਂ ਆ ਰਹੇ ਹੋ ਹੈ ਮੈਂ ਆਈ ਗਿਆ ਫਜ਼ਾਨ ਕੋਲ ਫਜ਼ਾਨ ਪਤਾ ਨਹੀਂ ਕਿਆ ਤਕਰੀਰਾਂ ਕਰਨਾ ਪਿਆ
अस्सलाम वालेकुम। अल्हम्दुलिल्लाह ठीक ठाक। सर सुनाओ सेहत पीत मोहतरम क्या हालत है? सना ठीक ठाक हो? सेहत ठीक है? क्या बनाए हो? क्या वजह? आज काम सीख सा जा करोना किसी डॉक्टर को ਵਿਕੀ ਬਹੁਤ ਕਹਿ ਤਕਰੀਰਾਂ ਕਰਨੇ ਪਿਓ ਰੋਟੀ ਨੇ ਖਰਾਬ ਨਹੀਂ ਕਰੀ ਮੈਂ ਕਦੀ ਗਿਆ ਜਿਹਨੂੰ ਤੋਲੀ ਪੀ ਕਰਨੇ ਦੀ ਚਾਸ ਆਈ ਵਿਕੀ ਖੜਿਆ ਤੇ ਨਹੀਂ ਨਾ ਉਹ ਅਸਲ ਵਿਕੀ ਨਾਲ ਖੰਨੇ ਹੋ ਤਾਂ ਤੁਸੀਂ ਨਹੀਂ ਯਾਦ ਸਾਰੀ ਜ਼ਿੰਦਗੀ ਟੀ ਰਿਆਰ ਮਾਰੇ ਬਸ ਸਣਾ ਤਾਂ ਘਰ ਅੱਛਾ ਤੂੰ ਚੈਨ ਚੱਕ ਤੇਰੀ ਕੋਣੀ ਮੈਂ ਫੋਨ ਕਰੀ ਉਹ ਵਾਰ ਤਾਂ ਅਸਾਂ ਕਿਹੜਾ ਕੋਠੀ ਦੂਰ ਆ ਹੱਥੋਂ 2 ਘੰਟੇ ਨਾਲ ਰਾਹ ਆ ਸਾਰਾ ਜਿਨ੍ਹਾਂ ਕੀ ਫੋਨ ਕੀਤਾ ਉਹ ਆਏ ਕੋਈ ਤੂੰ ਸਮਝਾਈ ਨਹੀਂ ਸੀ ਮੈਂ ਛਾਰ ਜੀ ਮਾਂ ਨਾਲ ਚਲੋ ਫਿਰ ਸਹੀ ਫਿਰ ਪ੍ਰੋਗਰਾਮ ਬਣਾਣੇ ਆ ਸੈਕਟਰੀਆ ਪ੍ਰੋਗਰਾਮ ਬਣਾਇਆ ਸਾਰ ਸੈਕਟਰੀ ਕੀ ਪਤਾ ਨੇ ਸੁਲਤਾਨੀ ਸਾਹਿਬ ਇੱਥੇ ਹੀ ਸਨ ਤੇ ਮੈਂ ਉਹਨਾਂ ਕੀ ਆਖਣਾ ਸਾ ਪ੍ਰੋਗਰਾਮ ਬਣਾਓ ਜੁਸਾਂ ਉਹ ਫਿਰਨਾ ਦਾ ਉਹ ਨਹੀਂ ਗਏ ਉਹ ਜੁਨੇ ਸੁਲਤਾਨੀ ਸਾਹਿਬ ਨੇ ਉਹਲਾ ਥੋੜੇ ਜਿਹਾ ਜਲਦੀ ਵੀ ਸਨ ਉਹ ਉਧਰ ਜਾਣਾ ਸੀ ਉਹਨਾਂ ਤਾਂ ਸਵੇਰੇ ਵੀ ਦੇ ਗਿਆ ਅਸੂ ਵੀ ਉਹ ਜੁਨਾ ਹੋਣਾ ਸਾ ਇਹਨਾਂ ਦੀ ਸਾਰੇ ਪਤਾ ਕਿੰਨੇ ਹੋਣਾ ਉਹ ਦੂਰ ਬਣਾਏ ਜੜੇ ਚਲੋ ਮਾਰੇ ਨਹੀਂ ਸੀ ਭਾਈ ਨਹੀਂ ਸੀ ਕੋਈ ਗੱਲ ਨਹੀਂ ਫਿਰ ਸਹੀ ਹੋਣੀ ਇਨਸ਼ਾਅੱਲਾ ਤਾਂ ਜੀ ਫਿਰ ਇਨਸ਼ਾਅੱਲਾ ਵੀ ਰੋਣਾ ਕਿ ਮੈਂ ਕਹਿ ਰਾਂ ਪਰ ਬਿਸਮਿਲ੍ਲਾ ਰਾਜਾ ਜੀ ਕੀ ਹਾਲ ਹੈ ਠੀਕ ਹੋ ਸਾਈਂ ਸਾਲਾ ਬੈਠਾ ਵਾ अस्सलाम वालेकुम आई गया आज जो बैठे हुए यकूब साहब आए हुए मावा इधर भी आज बैठे हुए तारक साहब मौलाना साहब सुना क्या हाल है ठीक हो कल सुबह गेम दिते हुए पता लग सके साढ़ी माड़ी गेम है ठीक है ना याद रखियो चलो और जिला टाइम हो जाए तो सुना फिर सुन गेम है ਇੰਨੇ ਨੇ ਹੋਟਲ ਬਣਾਇਆ ਮੁੰਡੇ ਸਨੂਕਰ ਕਿੰਨੇ ਮਿਲਦਾ ਕੰਮ ਦਾ ਲਗਾ ਵਾ ਜ਼ਫਰਾਨਾ ਚਾਹ ਪੀ ਸਾਂ ਇਹ ਹੁਣ ਉੱਠੀ ਦਾ ਘਰ ਮੇਂ ਸੀ ਦੇ ਵਿੱਚ ਗਰਮੀ ਵਿੱਚ ਇੱਧਰ ਸਾਡੇ ਭਾ ਬੈਠੇ ਭਾ ਫੀਸ ਇਹ ਤਾਂ ਭਾਈ ਤੋਂ ਪਹਿਲੇ ਨਾ ਬੈਠਾ ਵਾ ਇੱਧਰ ਤਾਂ ਡੁੱਡੋ ਖੇਨੇ ਪਏ गेम लगी हुई चौधरी जही साहब भी आई गए ये बिजी है अपना पता नहीं कोई न्यूज चेक करने पे न्यूज चाह थे क्या मैं खाली कर एनका मथे पर रखिया वहां से जाना साला जख्मी होया सी अल्हम्दुलिल्लाह आज बेहतर है काफी बेहतर है आज कब लपड़या उस सेट था भी इसका मतलब है बेहतर है चलने जी बाहर आला डोर के पास जुला रंबी में चाहिए ना वो तो जुसा पहले पिचकला लोना ना मैंने अच्छे जुला पिचकला कटी तो लगे जुला उ घटे दो लाई छा सवेरे तक अत्र गया लड़ाया मैं तैयारी भी जा फुल पर कोई संघ नहीं बनना पाया ये बार असर टाइम हो गया मस्जिद पहुंची है रान हो गई क्या हाल है ठीक हो ना ये जवान एक पपिता जी ना ड्राइवर है दुआ पता नहीं कौन सी वाह आज फिर बोलना पे बबी आ बारिश मुड़ी की कुरा धूप चढ़ी आई इतना पिछले साल पिछले नहीं उस तो पिछले साल में ऐसा त्रै चार माखी बैठे हुए से इस बार कोई नजर नहीं आई अज तक इरफान आना बेड़ा है चौधरी इरफान गर्म कपड़ा मैं जी ना बस ठीक है मैं खाली सारे ही दसना मैं कपड़ा किता दो सूट है ठीक है मुलवी ये भी नाल ही सीने बिलकुल बिलकुल बुजुर्ग ने नहीं माड़े पेरा ਉਹ ਜੇ ਬਜ਼ੁਰਗ ਕੋਈ ਨਹੀਂ ਮਾਰ ਕੋਈ ਯੰਗ ਹੈ ਤੂੰ ਬਜ਼ੁਰਗ ਬਣਾਈ ਸਕੇ ਬਜ਼ੁਰਗ ਤਾਂ ਤੂੰ ਬੰਦਾ ਹੈ ਹਾਂ ਇਸ ਕੀ ਸਮਝ ਨਹੀਂ ਲੱਗਦੀ ਬਜ਼ੁਰਗ ਕੋਣਾ ਤਾਂ ਯੰਗ ਕੋਣਾ ਇਹ ਵੀ ਮਾਰੇ ਸੂਟ ਹੈ ਜੀ ਕੋਈ ਲੋਗਾ ਨੂੰ ਮਾਰ ਇੱਕ ਮਾਨ ਨਾ ਉਸ ਸੀ ਤਾਂ ਇੱਕ ਮਾਨ ਨਾ ਬੱਤੀ ਹੈ ਉਹਨੂੰ ਮਾਮਾ ਆਖੋ ਨਾ
हाँ जी लीवर वंस अगेन असा सेम जगह पर आई गया लोहारा ले कसा से बुनकस है ये रोड जानी जड़ी मूरी लबसा लिखनी इधरों मेन रोड अप्रोचनी छतरोला मेन रोड जरा अप्रोचना ताकि सकड़े हो साड़ा रंबा असा आया बिचकला कटने वास्ता मैं था वसीम डॉन वसीम लफड़ तू रंबा इत हर तक मैं कुछ लोड़ी दादा बेलचा भी नाल भी रंबी भी दोवे कम कर सी ए हूं असा इतो लोड़ सा बिचकला तो गुथियां कुछ इधर सटियां वा पहले ही कि क्या गुथियां आओ बट्टे जो चाहना बट्टे पाटना उतो लिख सनी ना हूं टालना पहले मुड़ी लगे तो नहीं हूँ अलहमदुलिल्लाह बिचकला कोई 100-150 घटी जाती तो कल तुसा की इंशाला बशर्ते जिंदगी शिकार भी दसा मिट्टी लटका कुछ जाने तेल पानी भरना पे गुत्थी च पाई तो टंगी सटी सुबह वास्ते हम तैयारी करने सुबह जिसा इंशाल्लाह 5 बजे शिकार माशस पर तो निकल सूँ मगर बने ली बल्कि हो गई बस जाना ना इंतजार है बुद्धि शुरू करी कि नमाज पढ़ने फिर अगली गल तकने क्या होने चल पे निके निके ये भी में खाली उड़ने पे थोड़े जी घर मुड़ी जाए सारा कुछ साउट आउट करने टाइम सालन ना पाया कर सालन को पाया शीला के डिनर देने शीला हाउ आर यू शीला खाल ना खाल ना खाल ना देसा रोटी पीछे आओ पीछे आओ पीछे आओ जा पीछे 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 उधर जा उधर पीछे बिस्मिल्लाह खाओ जी खाओ मजा उड़ाओ यशिया करो हाँ जी व्यूअर शीला के भी डिनर दे उड़िया बिजली थी अल्हम्दुलिल्लाह हाँ जी व्यूअर मैं चलिया जरा बाजार अच्छा चुला सब नाल चुला तुसें कोई दसना है कोई शॉपिंग शुपिंग करनी सवेरे वास्तै शिकार जासा तो फिर नाल किन्नी शौक खाने पीने की चीज बाहर नेरा ही है अस इत्थे तक लो है जिद्दे तक साड़ी लाइट लगनी भी मोटरसाइकिल स्टार्ट करने तो चलने बाजार जी पर कुछ नहीं लब्भा इस दुकान पर भी कुछ नहीं लब्भा मौलवी गुलाम सूर दुकान गया इतना कोई लब्भा मौलवी गुलाम नबी दुकान गया उतो भी कुछ नहीं लब्भा हूँ चलो थकने कुछ होर है कोई दुकान और दुकान तो इसलिए नहीं खुली होनी क्योंकि रात ने 9 बजने दे क्रिकेट जीते हो केड़ा मैच होया क्रिकेट केड़ा टूर्नामेंट सी 11 वाला 16 टीमां 16 टीमां 11 प्लेयर 9 प्लेयर वाला कितने ओवर का मैच सी 55 वाह जी वाह मुबारक हीरा बहुत बहुत मुबारक बैक टू बैक दो विकेटी है दो टूर्नामेंट कटे जीते हो ओ वाह जी वाह मबरीर साहब क्रिकेट जीती है जी माशाल्लाह इधर निके निके स्नूकर खेलने पे इधर कोई चाह शाह खेलने बैठे हुए गप शप लाए गए हम दुनिया घर बना चाचा छोड़ी मैच जीती है अब बहुत खुश है अला बिना फिर मुबारक ही ठीक है पार्टी कदों सी पार्टी जी फोन पर बिजी है तो पार्टी ने जब बाद ही फैसला कर सा जिला जफर अच्छी मैं जफर दो सा फिर पार्टी से बुला सा ठीक है फिर मैं जुड़िया ना अल्लाह ने वाला फोटो भेजिया ठीक है ओके अल्लाह हाफिज़
ਸਤਿਗੁਰੂ ਜੀ ਯੰਗ ਪ੍ਰੇਸ ਵਾਲਾ ਉਹ ਸ਼ਾਟ ਉਹ ਸ਼ਾਟ ਗੁਰਕਾਰ ਸਾਹਿਬ ਬੈਠਾ ਹੋਇਆ ਨੀਂਦਰਾ ਵਿੱਚ ਪਤਾ ਨਹੀਂ ਕਿਆ ਹੋਇਆ ਵਾ ਗੁਰਕਾਰ ਕੀ ਨੀਂਦਰਾ ਹੈ ਜੀ ਨਿੱਕਾ ਪਲੇਅਰ ਉਸਮਾਨਾ ਨਿੱਕਾ ਆ ਉਸਮਾਨ ਉਸਮਾਨਾ ਪੁੱਤਰ ਹੈ ਉਸਮਾਨ ਕਿੱਥੇ ਗਿਆ ਕਿੱਥੇ ਗਿਆ ਕੋਈ ਪਤਾ ਕੋ ਨੀ ਪਿਆ ਠੀਕ ਆ ਠੀਕ ਵੀ ਨੀ ਪੈਣਾ ਤੁਹਾਡੇ ਕੋਲ ਬਾਲ ਹਾਂਜੀ ਵੀਵਰਸ ਇਹ ਵਲਾਗ ਵਿੱਚ ਸਤਾ ਕਿਹਾ ਸੀ ਅਤੇ ਮੈਂ ਉਮੀਦ ਕਰਨਾ ਕਿ ਤੁਸੀਂ ਚੰਗਾ ਲਗਾਓ ਸੀ ਨਿੱਕਾ ਜਿਹਾ ਵਲਾਗ ਸੀ ਸਾਰੀਆਂ ਕਿਉਂਕਿ ਜ਼ਿਆਦਾ ਫਿਰਿਆ ਟੁਰਿਆ ਕੋਣਾ ਤਾਂ ਅਗਰ ਚੰਗਾ ਲੱਗਣਾ ਤਾਂ ਪਲੀਜ਼ ਲਾਈਕ ਸ਼ੇਅਰ ਕਰਿਆ ਤਾਂ ਕਰ ਕੋਈ ਮਾੜੇ ਨਾਲ ਨਵਾਂ ਜੁੜਿਆ ਤਾਂ ਪਲੀਜ਼ ਨਿੱਕੀ ਸਬਸਕ੍ਰਾਈਬ ਵੀ ਕਰਿਆ ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਸਵੇਰਾ ਮਿਲਸਾਂ ਇੱਕ ਨਵੇਂ ਵਲਾਗ ਨਾਲ ਨਵੇਂ ਜਗ੍ਹਾ ਪਰ ਜਾਸਾਂ ਸ਼ਿਕਾਰ ਕਰਨ ਵਾਸਤੇ ਕੱਲ੍ਹ ਫਿਸ਼ਿੰਗ ਕਰਨ ਜਾਸਾਂ ਉਹ ਸਾਨੂੰ ਸ਼ੇਅਰ ਕਰਸਾਂ ਇਨਸ਼ਾਅੱਲਾ ਤਾਂ ਕੱਲ੍ਹ ਲੰਬਾ ਜਿਹਾ ਵਲਾਗ ਬਣਾਸਾਂ ਤੁਸਾਂ ਕੀ ਮਜ਼ਾ 'ਚ ਸੀ ਤਾਂ ਹੁਣ ਮਿਗੀ ਦਿਓ ਇਜਾਜ਼ਤ ਕਿਉਂਕਿ ਰਾਤਾਂ ਨੇ ਹੁਣ 10:30 ਹੋਣੇ ਪਏ ਮੈਂ ਹੁਣ ਸੈਸਾਂ ਕਿਉਂਕਿ ਸੁਬਹਾ ਸੁਬਹਾ ਉੱਠੀ ਤਾਂ ਉੱਧਰ ਜਾਣਾ ਤਾਂ ਇਨਸ਼ਾਅੱਲਾ ਸਵੇਰਾ ਮਿਲਿਆ ਇੱਕ ਨਵੇਂ ਵਲਾਗ ਨਾਲ ਹੁਣ ਮਿਗੀ ਦਿਓ ਇਜਾਜ਼ਤ ਅੱਲਾ ਸੋਹਣੇ ਵਾਲਾ ਹੈ ਦੁਆਵਾਂ 'ਚ ਮਿਗੀ ਯਾਦ ਰੱਖਿਆ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਖੁਦਾ ਹਾਫਿਜ਼।